ਤੁਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਘੰਟੀ ਵਾਲੇ ਬਟਨ ਤੇ ਵੀ ਕਲਿੱਕ ਕਰ ਦੇਣਾ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਦਰ ਹੋ ਚੁੱਕੇ ਆ ਅੱਜ ਆਪਾਂ ਗੱਲ ਕਰਾਂਗੇ ਅੱਜ ਦੇ ਕਬੱਡੀ ਕੱਪਾਂ ਬਾਰੇ ਤੇ ਐਂਡ ਦੇ ਵਿੱਚ ਤੁਹਾਨੂੰ ਵੱਡੇ ਕਬੱਡੀ ਕੱਪ ਦੀ ਜਾਣਕਾਰੀ ਵੀ ਦੇਵਾਂਗੇ ਤੇ ਪੂਰੀਆਂ ਪੱਕੀਆਂ ਟੀਮਾਂ ਵੀ ਦੱਸਾਂਗੇ ਦੱਸਾਂਗੇ ਜੋ ਉੱਥੇ ਖੇਡਣ ਜਾ ਰਹੀਆਂ ਹਨ ਪੂਰੀ ਦੀ ਪੂਰੀ ਜਾਣਕਾਰੀ ਲੈ ਕੇ ਆਦਰ ਹੋ ਚੁੱਕੇ ਆ ਜੇਕਰ ਹਾਈ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਵੀਡੀਓ ਪੂਰੀ ਦੇਖ ਲਓ ਜੇਕਰ ਵੀਡੀਓ ਵਧੀਆ ਲੱਗੇ ਜਰੂਰ ਲਾਈਕ ਕਰਕੇ ਜਾਇਓ ਜੋ ਦੋਸਤੋ ਅੱਜ ਦੇ ਦਿਨ ਦਾ ਪਹਿਲਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਰਾਜੀਆਣਾ ਮੋਗਾ ਦੇ ਵਿੱਚ 16 ਤੇ 17 ਦਸੰਬਰ ਨੂੰ ਕਰਵਾਇਆ ਜਾਵੇਗਾ ਕੱਲ ਨੂੰ ਦੋਸਤੋ ਤੇ ਓਪਨ ਦੇ ਮੈਚ ਹੋਣਗੇ ਤੇ ਸਾਰੀਆਂ ਟੀਮਾਂ ਬਾਰੇ ਵੀ ਦੱਸਾਂਗੇ ਕੱਲ ਨੂੰ ਕੁਝ ਕੁ ਟੀਮਾਂ ਬਾਰੇ ਦੱਸਾਂਗੇ ਅੱਜ ਦੋਸਤੋ ਇੱਥੇ ਵਜਣੀ ਮੈਚ ਕਰਵਾਏ ਜਾਣਗੇ ਤੇ ਕੱਲ ਨੂੰ ਓਪਨ ਦੇ ਮੈਚ ਹੋਣਗੇ ਕਮੈਂਟੇਟਰ ਵੀ ਚੋਟੀ ਦੇ ਪੁੱਜਣ ਜਾ ਰਹੇ ਹਨ ਤੇ ਪਲੇਅਰ ਵੀ ਚੋਟੀ ਦੀਆਂ ਟੀਮਾਂ ਪੁੱਜਣ ਜਾ ਰਹੀਆਂ ਹਨ ਅੱਜ ਦਾੰਦਾ ਅਗਲਾ ਕਬੱਡੀ ਕੱਪ ਹੈ ਦੋਸਤੋ ਜੋ ਬੂਟਾ ਸਿੰਘ ਵਾਲਾ 16 ਦਸੰਬਰ 2021 ਨੂੰ ਕਰਵਾਇਆ ਜਾ ਰਿਹਾ ਹੈ ਜੇ ਇੱਥੇ ਦੋਸਤੋ ਓਪਨ ਦੇ ਮੈਚ ਹੋਣਗੇ ਤਿੰਨ ਖਿਡਾਰੀ ਬਾਰੋ-ਬਖੇੜ ਸਕਦੇ ਹਨ ਅਤੇ ਦੋ ਦੋਸਤੋ ਇਨਾਮਾਂ ਦੀ ਗੱਲ ਕਰੀਏ ਪਹਿਲਾ ਇਨਾਮ 51000 ਦੂਜਾ ਇਨਾਮ 41000 ਰੁਪਏ ਹੋਵੇਗਾ ਤੇ ਬੈਸਟਾਂ ਨੂੰ ਦੋਸਤੋ 11000 ਦੀ ਨਗਦ ਰਕਮ ਨਾਲ ਸਨਮਾਨ ਕੀਤਾ ਜਾਵੇਗਾ ਕਬੱਡੀ 365 ਤੇ ਲਾਈਵ ਦਾ ਆਨੰਦ ਵੀ ਤੁਸੀਂ ਮਾਣ ਸਕਦੇ ਹੋ ਤੇ ਇੱਥੇ ਦੋਸਤੋ ਚੋਟੀ ਦੇ ਪਲੇਅਰ ਸੱਦੇ ਹੋਏ ਹਨ ਅਸਲੀ ਸਨ ਜਾਣਕਾਰੀ ਨਹੀਂ ਹੈ ਪਰ ਵਧੀਆ ਪਲੇਅਰ ਇੱਥੇ ਖੇਡਣ ਜਾ ਰਹੇ ਹਨ ਜੋ ਦੋਸਤੋ ਅਗਲਾ ਕਬੱਡੀ ਕੱਪ ਹੋਣ ਜਾ ਰਹੇ ਹਨ ਨਡਾਲਾ ਕਪੂਰਥਲਾ ਦੇ ਵਿੱਚ 16 ਦਸੰਬਰ 2021 ਨੂੰ ਕਰਵਾਇਆ ਜਾਵੇਗਾ ਆਲ ਓਪਨ ਦੀਆਂ ਕਲੱਬਾਂ 16 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਅਤੇ ਇੱਥੇ ਦੋਸਤੋ ਇਨਾਮਾਂ ਦੀ ਗੱਲ ਕਰੀਏ ਪਹਿਲਾ ਇਨਾਮ 61000 ਅਤੇ ਦੂਜਾ ਇਨਾਮ 51000 ਹੋਵੇਗਾ ਬੈਸਟ ਨੂੰ ਦੋਸਤੋ 11000 ਦੀ ਨਗਦ ਰਕਮ ਨਾਲ ਸਨਮਾਨ ਵੀ ਕੀਤਾ ਜਾਏਗਾ ਅਤੇ ਲਾਈਵ ਵੀ ਦਾ ਦੋਸਤੋ ਸਾਨੂੰ ਕਲੀਅਰ ਨਹੀਂ ਅਤੇ ਇਹ ਦੋਸਤੋ ਜੋ ਹੈ ਕਬੱਡੀ ਕੱਪ ਨਡਾਲਾ ਕਪੂਰਥਲਾ ਦੇ ਵਿੱਚ ਹੋਵੇਗਾ ਬਾਕੀ ਦੋਸਤੋ ਅੱਜ ਦੇ ਦਿਨ ਦਾ ਲਾਸਟ ਜਿੱਥੇ ਚੋਟੀ ਦੇ ਪਲੇਅਰ ਤੇ ਚੋਟੀ ਦੀਆਂ ਟੀਮਾਂ ਪੁੱਜਣ ਜਾ ਰਹੀਆਂ ਹਨ ਪਿੰਡ ਰਹੀਮ ਪਰ ਜਲੰਧਰ ਦੇ ਵਿੱਚ ਇੱਕ ਕਬੱਡੀ ਕੱਪ ਹੋਵੇਗਾ ਮਿਤੀ 15 ਤੇ 16 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ਜੇਕਰ ਇਨਾਮਾਂ ਦੀ ਗੱਲ ਕਰੀਏ ਇੱਥੇ ਦੋਸਤੋ ਕਬੱਡੀ ਓਪਨ ਦੀਆਂ ਟੀਮਾਂ ਖੇਡਣਗੀਆਂ ਤਿੰਨ ਪਲੇਅਰ ਬਾਹਰੋਂ ਖੇਡ ਸਕਦੇ ਹਨ ਸੱਧੀਆਂ ਹੋਣਗੀਆਂ 8 ਟੀਮਾਂ ਦੇ ਮੈਚ ਹੋਣਗੇ ਇਨਾਮਾਂ ਦੀ ਗੱਲ ਕਰੀਏ 71000 ਪਹਿਲਾ ਇਨਾਮ ਹੋਵੇਗਾ ਤੇ ਦੂਜਾ ਇਨਾਮ 61000 ਹੋਵੇਗਾ ਬੈਸਟ ਨੂੰ ਦੋਸਤੋ ਮੋਟਰਸਾਈਕਲ ਦੇ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਦੋਸਤੋ ਇੱਥੇ ਟੀਮਾਂ ਦੀ ਗੱਲ ਕਰੀਏ ਜੋ 8 ਟੀਮਾਂ ਪੁੱਜਣ ਜਾ ਰਹੀਆਂ ਹਨ ਪਹਿਲੀ ਟੀਮ ਮੱਲੀਆਂ ਦੀ ਦੂਜੀ ਟੀਮ ਖੀਰਾਵਾਲ ਦੀ ਤੀਜੀ ਟੀਮ ਕਾਲੇ ਸੰਗਿਆਂ ਦੀ ਹੋਵੇਗੀ ਅਤੇ ਚੌਥੀ ਟੀਮ ਚਿੱਟੀ ਦੀ ਹੋਵੇਗੀ ਅਤੇ ਦੋਸਤੋ 5ਵੀਂ ਟੀਮ ਟੰਡੋਲੀ ਦੀ ਪੁੱਜਣ ਜਾ ਰਹੀ ਹੈ 6ਵੀਂ ਟੀਮ ਸੌਰਖਪੁਰ ਦੀ 7ਵੀਂ ਟੀਮ ਪੰਡਾਲਦੋਨਾ ਤੇ 8ਵੀਂ ਟੀਮ ਤਨੌਰੀ ਦੀ ਹੋਵੇਗੀ ਲਾਈਵ ਦੀ ਗੱਲ ਕਰੀਏ ਤਾਂ ਕਬੱਡੀ 365 ਅਫੀਸ਼ੀਅਲ YouTube ਚੈਨਲ ਤੇ ਲਾਈਵ ਦਾ ਆਨੰਦ ਮਾਰ ਸਕਦੇ ਹੋ ਪਲੇਅਰਾਂ ਦੀ ਗੱਲ ਕਰੀਏ ਖੀਰਾਵਾਲ ਦੀ ਟੀਮ ਦੀ ਗੱਲ ਕਰੀਏ ਗੱਗੀ ਖੀਰਾਵਾਲ ਸ਼ੋਰਲੀ ਖੀਰਾਵਾਲ ਦੁੱਲਾ ਖੀਰਾਵਾਲ ਤੇ ਚਿੱਟੀ ਦੀ ਗੱਲ ਕਰੀਏ ਜੱਗਾ ਚਿੱਟੀ ਚਿਤਪਲ ਚਿੱਟੀ ਵਰਗੇ ਪਲੇਅਰ ਟੀਮ ਦੇ ਵਿੱਚ ਖੇਡੇ ਜੇਕਰ ਸੁਰਖਪੁਰ ਦੀ ਗੱਲ ਕਰੀਏ ਜੋਤਾ ਮਹਿਮਦਵਾਲ ਯਾਦਾ ਸੁਰਖਪੁਰ ਜੋਦਾ ਸੁਰਖਪੁਰ ਲਵਲੀ ਮਹਿਮਦਵਾਲ ਵਰਗੇ ਪਲੇਅਰ ਖੇਡਣਗੇ ਮੱਲੀਆਂ ਦੀ ਮਣੀ ਮੱਲੀਆਂ ਟੀਮ ਬਣਾ ਕੇ ਲਿਆ ਰਿਹਾ ਹੈ ਜੇਕਰ ਤਨਹੋਰੀ ਦੀ ਟੀਮ ਦੀ ਗੱਲ ਕਰੀਏ ਸ਼ੀਰੂ ਤਨਹੋਰੀ ਗੱਬਰ ਤਨਹੋਰੀ ਵਰਗੇ ਇਹ ਵੀ ਟੀਮ ਬਣਾ ਕੇ ਤਿੰਨ ਪਲੇਅਰ ਬਾਰੋ ਸੱਦਨ ਜਾ ਰਹੇ ਹਨ ਚੋਟੀ ਦੇ ਤੇ ਦੋਸਤੋ ਟੰਡੋਲੀ ਦੀ ਲੱਖਾ ਟੰਡੋਲੀ ਬੱਬੂ ਚਨੇੜੀ ਤੇ ਹੋਰ ਵੀ ਦੋਸਤੋ ਵੱਡੇ ਪਲੇਅਰ ਇੱਥੇ ਖੇਡਣ ਜਾ ਰਹੇ ਹਨ। ਐਸੀ ਦੋਸਤੋ ਅੱਜ ਦੇ ਕਬੱਡੀ ਕੱਪ ਦੇ ਢ ਦੇ ਵਿੱਚ ਇੱਕ ਵੱਡੇ ਕਬੱਡੀ ਕੱਪ ਦੀ ਜਾਣਕਾਰੀ ਤੇ ਜੇਕਰ ਦੋਸਤੋ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਹਨ ਤਾਂ ਲਾਈਕ ਜਰੂਰ ਕਰਕੇ ਜਾਇਆ ਕਰੋ। ਰੋਜ਼ ਵੀਡੀਓ ਨੂੰ ਰੋਜ਼ ਤੁਹਾਡੇ ਲਈ ਅੱਜ ਦੇ ਕਬੱਡੀ ਕੱਪਾਂ ਵਾਲੀ ਵੀਡੀਓ ਬਣਾ ਕੇ ਲਿਆਉਣੇ ਆ ਤੇ ਇਹਨਾਂ ਦੇ ਵਿੱਚ ਵੱਡੇ ਕਬੱਡੀ ਕੱਪ ਦੀ ਵੀ ਜਾਣਕਾਰੀ ਦਿੰਨੇ ਆ ਤੇ ਤੇ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਧੰਨਵਾਦ।